हाँ जी, मैं जगदीप सिंह, पिंड मेरा दरगापुरा, जिला पटियाला। सर तुसी किन्ने टाइम तो जिहड़ा हैगा कंबाइना दे नाल जुड़े हुए हो जी, जिहड़ियां मशीनां चला रहे हो? मैं सन 2000 दा मशीनां दा काम कर रहा हां जी। ਤੁਸੀਂ ਮੇਨ ਜੇ ਗੱਲ ਕਰੀਏ ਮੱਕੀ ਦੇ ਸੀਜ਼ਨ ਦੀ, ਮੱਕੀ ਵਾਲੀਆਂ ਮਸ਼ੀਨਾਂ, ਮੱਕੀ ਦੇ ਸੀਜ਼ਨ ਵੀ ਲਾਏ ਆ ਜੀ ਨਾਲ ਨਾਲ? ਹਾਂ, ਮੱਕੀ ਦੇ ਸੀਜ਼ਨ ਵੀ ਲਾਏ ਜੀ। ਠੀਕ ਹੈ ਜੀ, ਮੱਕੀ ਵਾਲੀ ਕੰਬਾਈਨ ਤੁਸੀਂ ਕਿਹੜੀ ਵਰਤੀ ਹੈ ਜੀ ਜ਼ਿਆਦਾ? ਮੱਕੀ ਵਾਲੀ ਕਰਤਾਰ ਵਰਤੀ ਹੈ ਜੀ, ਕਰਤਾਰ ਦੇ ਕਟਰ ਹੈ, ਕਰਤਾਰ ਹੈ ਮਸ਼ੀਨ। ਠੀਕ ਹੈ ਜੀ, ਕੀ ਰਿਜ਼ਲਟ ਹੈਗੇ ਆ ਜੀ ਕਰਤਾਰ ਕੰਬਾਈਨ ਦੇ ਬਾਕੀ ਮਸ਼ੀਨਾਂ ਨਾਲੋਂ? ਬਹੁਤ ਵਧੀਆ ਰਿਜ਼ਲਟ ਨੇ ਜੀ। ਹੁਣ ਦੁਬਾਰੇ ਮੈਂ ਮੱਕੀ ਦਾ ਵਾਲਾ ਕਟਰ ਫੇਰ ਬੁੱਕ ਕਰਾਇਆ ਜੀ ਹੁਣ ਦੂਜਾ। ਮੱਕੀ ਦੀ ਗੱਲ ਕਰ ਲਈਏ ਤਾਂ ਮੱਕੀ ਦੇ ਵਿੱਚ ਕਿੰਨਾ ਕੰਮ ਕਰ ਦਿੰਦੀ ਹੈ ਜੀ ਮੱਕੀ ਵਾਲਾ ਕਟਰ ਜਦੋਂ ਲੱਗਿਆ ਮਸ਼ੀਨ ਦੇ ਨਾਲ? ਮੇਨ ਕੰਮ ਤਾਂ ਜੀ ਹੁਣ ਅਸਲ ਤਾਂ ਕੰਮ ਮਿਲਣ ਦੇ ਡਿਪੈਂਡ ਹੁੰਦਾ ਮੇਨ ਤਾਂ। ਠੀਕ ਹੈ ਜੀ। ਠੀਕ ਹੈ ਜੀ, ਦੂਜੇ ਕਟਰਾਂ ਸਾਨੂੰ 5-4 ਕਿੱਲੇ ਵੱਧਦੇ ਵੱਧਦੇ ਰਹੇ ਜੀ। ਠੀਕ ਹੈ ਜੀ। ਹਾਂ ਜੀ, ਆਮ ਜਿਹੜੇ ਲੋਕਲ ਕਮਾਈ? ਹਾਂ ਲੋਕਲ। ਹਾਂ ਜੀ। ਇਹਦੀ ਰਿਪੇਅਰ ਦਾ ਕਿੰਨਾ ਖਰਚਾ ਪੈਂਦਾ ਜੀ ਮੱਕੀ ਵਾਲੇ ਕਟਰ ਦਾ? ਰਿਪੇਅਰ ਤਾਂ ਜੀ ਹਲੇ ਆਈ ਹੋ ਨਹੀਂ ਆਪਣੇ ਕਟਰਾਂ ਦੀ ਤਾਂ, ਨਾ ਮੇਰੇ ਹਿਸਾਬ ਨਾਲ ਜਿਵੇਂ ਸਟੀਲ ਦਾ ਹੋ ਗਿਆ ਜੀ, ਇਹਤੋਂ ਹੋਰ ਸਟੀਲ ਆਪਣੇ ਨਾਟ ਸਟੀਲ ਦੇ ਆ ਗਏ ਜੀ, ਵਧੀਆ ਕੁਆਲਿਟੀ ਦੇ ਸਾਰਾ ਕੁਛ ਆ ਗਿਆ, ਆਉਣੀ ਨਹੀਂ ਦਿੱਕਤ। ਠੀਕ ਹੈ ਜੀ, ਬਾਕੀ ਇਹਦੇ ਬਲੇਡ ਵਗੈਰਾ ਦੀ ਕੀ ਕੁਆਲਿਟੀ ਹੈ ਜੀ ਜਾਂ ਕਿਸ ਤਰ੍ਹਾਂ? ਬਲੇਡ ਦੀ ਬਹੁਤ ਵਧੀਆ ਕੁਆਲਿਟੀ, ਕੋਈ ਦਿੱਕਤ ਨਹੀਂ ਕਿਸੇ ਗੱਲ ਦੀ। ਠੀਕ ਹੈ ਜੀ, ਕਿੰਨੇ ਸਾਲ ਹੋ ਗਏ ਸਰ ਤੁਹਾਨੂੰ ਕੰਬਾਈਨ ਦਾ ਜਾਂ ਮੱਕੀ ਦਾ ਕਟਰ ਜਿਹੜਾ ਯੂਜ਼ ਕਰ ਰਹੇ? ਕਟਰ ਤਾਂ ਜੀ ਆਪਾਂ 15 ਦੇ ਕਰਦੇ ਹਾਂ, ਪਰ ਹੁਣ 21 ਤੋਂ ਆਪਾਂ ਕਰਤਾਰ ਦਾ ਹੀ ਕਰ ਰਹੇ ਹਾਂ ਯੂਜ਼। ਅੱਛਾ, 21 ਤੋਂ ਲੈ ਕੇ ਤੁਸੀਂ ਕਰਤਾਰ ਦਾ? ਹਾਂ ਜੀ। ਯਾਨੀ ਕਿ ਤੁਹਾਡੇ 2 ਸੀਜ਼ਨ ਲੱਗ ਚੁੱਕੇ? ਹਾਂ, 2 ਲੱਗ ਚੁੱਕੇ। 23 ਦਾ ਸੀਜ਼ਨ ਹਜੇ ਲੱਗਣਾ? ਲੱਗਣਾ ਹੈ। ਠੀਕ ਹੈ ਜੀ, ਉਹ ਪੁਰਾਣਾ ਤੁਸੀਂ ਸੇਲ ਕਰਤਾ ਤੇ ਹੁਣ ਨਵਾਂ ਇੱਕ ਬੁੱਕ? ਹਾਂ ਹਾਂ ਜੀ ਹਾਂ। ਠੀਕ ਹੈ ਜੀ, ਇਹ ਕਰਤਾਰ ਕੰਬਾਈਨ ਤੇ ਲਾਇਆ ਜੀ ਕਟਰ ਜਾਂ ਕਿਸੇ? ਕਰਤਾਰ ਤੇ ਲਾਵਾਂਗੇ। ਅੱਛਾ ਜੀ, ਬਾਕੀ ਤੁਸੀਂ ਮਾਰਕੀਟ ਦੇਖਦੇ ਹੋ ਜਿਹੜੀਆਂ ਹੋਰ ਕੰਬਾਈਨਾਂ ਤੇ ਵੀ ਕੰਪਨੀ ਕਟ ਪ੍ਰੋਵਾਈਡ ਕਰਾਉਂਦੀ ਆ? ਹਾਂ ਜੀ। ਉਹਦਾ ਵੀ ਕੰਮ ਦਾ ਫਰਕ ਰਹਿੰਦਾ ਹੋਣਾ ਜੀ? ਨਾ ਜੀ, ਰਹਿੰਦਾ ਜੀ, ਸਾਡਾ ਇੱਕ ਹਿੰਦ ਦੇ ਲਾਇਆ ਦੀ ਅਸੀਂ ਕਰਤਾਰ ਦਾ, ਉਹ ਵੀ ਬਹੁਤ ਵਧੀਆ ਰਿਹਾ। ਮਤਲਬ ਕਟਰ ਦੇ ਵਿੱਚ? ਹਾਂ ਜੀ, ਕਟਰ ਜੇ ਖੂਬੀ ਹੈ ਜੀ ਅਸਲ। ਠੀਕ ਹੈ ਜੀ। ਹਾਂ, ਜਿਹੜੀ ਮੱਕੀ ਦਾ ਕੰਮ ਹੈ ਕਟਰ ਨਹੀਂ ਕਰਨਾ ਜੀ, ਉਹ ਕਟਰ ਵਧੀਆ ਹੋਊਗਾ। ਠੀਕ ਹੈ ਜੀ ਭਾਈ, ਤੁਹਾਡਾ ਧੰਨਵਾਦ ਬਹੁਤ ਬਹੁਤ। ਧੰਨਵਾਦ ਜੀ ਨਾਲ ਜੁੜੇ। ਠੀਕ ਹੈ ਜੀ, ਵਧੀਆ ਹੋਊਗਾ। ਠੀਕ ਹੈ ਦੀਪਾ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ। ਧੰਨਵਾਦ ਜੀ ਨਾਲ ਜੁੜੇ। ਠੀਕ ਹੈ ਜੀ, ਓਕੇ ਸਰ।